ਨਵੇਂ ਬਣੇ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਜੋ ਵੀ ਪਰਿਵਾਰ ਬਾਦਲ ਦਲ ਤੋਂ ਔਖੇ ਹੋ ਕੇ ਘਰ ਬੈਠੇ ਹਨ ਸਭ ਨੂੰ ਲਾਮਬੰਦ ਕਰਕੇ ਪੰਥਕ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇਗਾ। ਅਸੀਂ ਸਾਰੇ ਪੰਜਾਬ ਵਿੱਚ ਜਾਣ ਦਾ ਪ੍ਰੋਗਰਾਮ ਬਣਾਇਆ ਔਰ ਅਸੀਂ ਜਿਹੜੇ ਵੀ ਲੋਕ ਮੌਜੂਦਾ ਹਾਲਾਤਾਂ ਵਿੱਚ ਬਾਦਲ ਦਲ ਤੋਂ ਔਖੇ ਨੇ ਜਾਂ ਜਿਨ੍ਹਾਂ ਨੇ ਵੇਖ ਲਿਆ ਕਿ ਇਹ ਹੁਣ ਕੌਮ ਦੀ ਅਗਵਾਈ ਨਹੀਂ ਕਰ ਸਕਦੇ ਅਤੇ ਦੁਖੀ ਹੋ ਕੇ ਘਰਾਂ 'ਚ ਬੈਠੇ ਨੇ ਜਾਂ ਦੂਜੀਆਂ ਪਾਰਟੀਆਂ 'ਚ ਚਲ ਗਏ ਨੇ ਜਾਂ ਉਹਨਾਂ ਨੇ ਮਨ ਬਣਾਇਆ ਆ ਕਿ ਅਸੀਂ ਹੁਣ ਖਾਲਸਾ ਪੰਥ ਵਾਸਤੇ ਕੁਰਬਾਨੀ ਕਰਨੀ ਆ, ਉਹਨਾਂ ਸਾਰੇ ਲੋਕਾਂ ਕੋਲ ਜਾਵਾਂਗੇ। ਢੀਂਡਸਾ ਸਾਹਿਬ ਵੀ ਜਾਣਗੇ, ਸਰਦਾਰ ਪਰਮਿੰਦਰ ਸਿੰਘ ਹੋਣੀ ਵੀ ਜਾਣਗੇ, ਮੈਂ ਵੀ, ਸਾਰੇ ਅਸੀਂ ਜਿੰਨੇ ਸਾਥੀ ਇਕੱਠੇ ਤੁਰੇ ਹਾਂ ਪੰਜਾਬ ਵਿੱਚ ਉਹਨਾਂ ਸਾਰੇ ਲੋਕਾਂ ਨੂੰ ਲਾਮਬੰਦ ਕਰਕੇ ਇੱਕ ਬਹੁਤ ਵੱਡੀ ਸ਼ਕਤੀ ਜਿਹੜੀ ਪੰਥਕ ਪ੍ਰੋਗਰਾਮ ਦੇ ਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਜੁੜੀ ਹੁੰਦੀ ਸੀ ਅਤੇ ਅੱਜ ਬਾਦਲ ਦਲ ਤੋਂ ਖੁਸ ਗਈ ਆ, ਉਹਨੂੰ ਲਾਮਬੰਦ ਕਰਨ ਵਾਸਤੇ ਯਤਨ ਕਰਾਂਗੇ ਤਾਂ ਕਿ ਜਿਹੜੀ ਦਿੱਖ ਬਾਦਲ ਦਲ ਪੰਥਕ ਦਿੱਖ ਗੁਆ ਚੁੱਕਾ ਵਾ ਉਸ ਦਿੱਖ ਨੂੰ ਮੁੜ ਕੇ ਬਹਾਲ ਕਰਾਂਗੇ ਅਤੇ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਕੱਟੀਆਂ, ਉਹਨਾਂ ਲੋਕਾਂ ਨੂੰ ਵੀ ਪੂਰਾ ਬਣਦਾ ਮਾਣ ਸਨਮਾਨ ਦੇ ਕੇ ਇਸ ਅਕਾਲੀ ਦਲ ਵਿੱਚ ਸ਼ਾਮਲ ਕਰਾਂਗੇ ਅਤੇ ਜਿੰਨੇ ਵੀ ਪੰਜਾਬ ਹਿਤੈਸ਼ੀ ਲੋਕ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਇੱਕ ਐਸੀ ਸ਼ਕਤੀ ਪੰਜਾਬ 'ਚ ਕਾਇਮ ਕਰਾਂਗੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਅਤੇ 2022 ਦੀਆਂ ਅਸੈਂਬਲੀ ਦੀਆਂ ਇਲੈਕਸ਼ਨਾਂ ਜਿੱਤਣ ਦੇ ਸਮਰੱਥ ਹੋ ਗਏ। ਨਵਜੋਤ ਸਿੰਘ ਸਿੱਧੂ ਅੱਜ ਦੀ ਤਰੀਕ 'ਚ ਅਜੇ ਕਾਂਗਰਸ ਪਾਰਟੀ 'ਚ ਹੈ, ਜਿੰਨਾ ਚਿਰ ਉਹ ਉਸ ਪਾਰਟੀ 'ਚ ਆ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਕਾਂਗਰਸ ਪਾਰਟੀ ਸਿੱਖਾਂ ਦੀ ਅਤੇ ਪੰਜਾਬ ਦੀ ਦੁਸ਼ਮਣ ਜਮਾਤ ਆ। ਮੈਂ ਕਈ ਵਾਰੀ ਇੱਕ ਗੱਲ ਕਹੀ ਆ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਚੰਗਾ ਆਦਮੀ ਆ ਲੇਕਿਨ ਮਾੜੀ ਪਾਰਟੀ 'ਚ ਆ, ਜਿੰਨਾ ਚਿਰ ਉਸ ਪਾਰਟੀ 'ਚ ਆ ਉਨਾ ਚਿਰ ਅਸੀਂ ਕੋਈ ਗੱਲ ਨਹੀਂ ਕਰਾਂਗੇ, ਲੇਕਿਨ ਜਿਸ ਦਿਨ ਪੰਜਾਬ ਦੇ ਭਲੇ ਵਾਸਤੇ ਉਹ ਕਾਂਗਰਸ ਪਾਰਟੀ ਤੋਂ ਲਾਂਭੇ ਹੋ ਜਾਣਗੇ ਫਿਰ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਅਤੇ ਉਹਨਾਂ ਨੂੰ ਵੀ ਪੰਜਾਬ ਦੇ ਭਲੇ ਵਾਸਤੇ ਪ੍ਰੇਰਿਤ ਕਰਾਂਗੇ।